ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਜਿੰਨੇ ਮਰਜ਼ੀ ਦਾਅਵੇ ਕਰ ਲੈਣ ਪਰ ਜੇਲ੍ਹ ਤੋਂ ਕੈਦੀਆਂ ਦੀਆਂ ਤਸਵੀਰਾਂ ਵੀਡੀਓਜ਼ ਦਾ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣਾ ਇੱਕ ਆਮ ਗੱਲ ਹੋ ਗਈ ਹੈ ਅਤੇ ਅੱਜ ਕੱਲ੍ਹ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ 5 ਨੌਜਵਾਨ ਸੰਗਰੂਰ ਜੇਲ੍ਹ ਪ੍ਰਸ਼ਾਸਨ 'ਤੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਕੋਲੋਂ ਕਈ ਵਾਰ ਮੋਬਾਈਲ ਫੜਿਆ ਗਿਆ ਪਰ ਜੇਲ੍ਹ ਅਧਿਕਾਰੀਆਂ ਨੇ ਉਹਨਾਂ ਨੂੰ ਛੱਡਣ ਲਈ ਕਦੇ ਕਿਸੇ ਤੋਂ 15,000 ਲਏ ਅਤੇ ਕਦੇ 25,000 ਪਰ ਹੁਣ ਉਹ 1,00,000 ਰੁਪਏ ਦੀ ਮੰਗ ਕਰ ਰਹੇ ਨੇ ਅਤੇ ਪੈਸੇ ਨਹੀਂ ਦੇਣ 'ਤੇ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਉਣ ਦੀ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਸੁਣੋ ਇਹ ਵਾਇਰਲ ਵੀਡੀਓ ਗੱਲ ਜੀ ਸਾਰੇ ਵੀਰਾਂ ਨੂੰ ਅਸੀਂ ਸੰਗਰੂਰ ਜੇਲ੍ਹ 'ਚੋਂ ਬੋਲ ਰਹੇ ਹਾਂ ਵੀਰ ਜੀ ਪਹਿਲਾਂ ਜੀ ਸਾਨੂੰ ਫੋਨ ਫੜਿਆ ਗਿਆ ਸੀ ਦੋ ਵਾਰੀ ਸੀ ਸਾਡੇ ਤੋਂ ਇੱਕ ਵਾਰ 15,000 ਰੁਪਇਆ ਲਿਆ ਜੀ ਇਹਨਾਂ ਨੇ ਪ੍ਰਸ਼ਾਸਨ ਨੇ ਇੱਕ ਵਾਰ 25,000 ਜੀ ਹੁਣ ਕੱਲ੍ਹ ਸਾਨੂੰ ਕਹਿੰਦੇ ਗੇਰਾਂ ਦਾ ਕੱਢ ਦਿਆਂਗੇ ਜੀ ਹੁਣ ਅਸੀਂ ਇਸ ਟਾਈਮ ਬੰਦ ਹੱਥੇ ਬੰਦ ਕਰੇ ਹੋਏ ਜੀ 13 ਦਿਨ ਅੱਜ ਹੁਣ ਇਹ ਸਾਨੂੰ ਕਹਿੰਦੇ ਵੀ 1,00,000 ਰੁਪਇਆ ਦਿਓ ਤਾਂ ਤੁਹਾਨੂੰ ਕੱਢਾਂਗੇ ਜੀ ਪ੍ਰਸ਼ਾਸਨ ਸਾਡੇ ਨਾਲ ਪੂਰਾ ਧੱਕਾ ਕਰ ਰਿਹਾ ਜੀ ਇਸ ਟਾਈਮ ਇਦੂ ਬਾਅਦ ਕਹਿੰਦੇ ਸਾਨੂੰ ਤਾਂ ਕਹਿੰਦੇ ਨੇ ਵੀ ਤੁਹਾਡਾ ਚਲਾਣ ਕਿਸੇ ਨੂੰ ਕਹਿੰਦੇ ਰੋਪੜ ਦਾ ਪਾਵਾਂਗੇ ਕਿਸੇ ਨੂੰ ਕਹਿ ਰਹੇ ਨੇ ਕਪੂਰਥਲੇ ਦਾ ਚਲਾਣ ਪਾਵਾਂਗੇ ਅਸੀਂ ਇੰਨੇ ਕਿੰਨੇ ਕੁ ਰੁਪਏ ਜੀ ਘਰੋਂ ਮੰਗਵਾਈਏ ਜਦੋਂ ਘਰੋਂ ਅਸੀਂ ਪੈਸੇ ਨਹੀਂ ਮੰਗ ਕਰਦੇ ਉਹ ਕਹਿੰਦੇ ਤੁਸੀਂ ਕੀ ਕਰਦੇ ਹੋ ਇੰਨੇ ਰੁਪਈਆਂ ਦਾ ਅਸੀਂ ਹੁਣ ਇੰਨਾ ਮਜਬੂਰ ਹਾਂ ਜੀ ਇੰਨਾ ਦੱਸ ਨਹੀਂ ਸਕਦੇ ਵੱਡਣ ਕੀ ਧੱਕਾ ਹੋ ਰਿਹਾ ਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਰੇ ਵੀਰਾਂ ਨੂੰ ਅਸੀਂ ਬੰਦ ਹੱਥਾਂ ਬੰਦ ਹਾਂ ਜੀ ਆਹ ਦੇਖੋ ਜੀ ਇਹੀ ਬੇਨਤੀ ਹੈ ਜੀ ਬਹੁਤ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ ਫਾਂਸੀ ਹੱਥੇ ਵਿੱਚ ਬੰਦ ਆਈ ਇਸ ਟਾਈਮ 15 ਦਿਨ ਹੋ ਗਏ 15 ਦਿਨ ਹੋ ਗਏ 3 ਵਾਰੀ ਪਹਿਲਾਂ ਬੰਦ ਕਰੇ ਚੁੱਕੇ ਜੀ 11-25,000 ਦਿੱਤਾ ਜੀ 11-15 ਹੁਣ ਸਿੰਦਰ ਚੱਕਰ ਹੌਲਦਾਰ ਜੀ ਸਿੰਦਰ ਸਿੰਘ ਅਤੇ ਟਿੱਬੀ ਸਾਹਿਬ ਅਤੇ ਆਪਣਾ ਬਰਾੜ ਸਾਹਿਬ 1,00,000 ਰੁਪਏ ਦੀ ਮੰਗ ਕਰ ਰਹੇ ਵੀ ਫੇਰ ਕੱਢਾਂਗੇ ਫੇਰ ਕੱਢਾਂਗੇ ਜੀ ਵੀ ਅਸੀਂ ਸਾਡੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੀ ਜਾਵੇ ਸਾਡੀ ਨੇੜੇ ਹੋ ਕੇ ਬੇਨਤੀ ਸੁਣੀ ਜਾਵੇ ਸਾਨੂੰ ਧਮਕੀਆਂ ਦਿੰਦੇ ਨੇ ਸਰਕਾਰ ਸਾਡੀ ਆ ਪ੍ਰਸ਼ਾਸਨ ਸਾਡਾ ਅਸੀਂ ਜੇ ਕਰ ਦਾਂਗੇ ਉਹ ਕਰ ਦਾਂਗੇ ਸਾਡੇ ਨਾਲ ਬਹੁਤ ਨਜਾਇਜ਼ ਧੱਕਾ ਕਰ ਰਹੇ ਨੇ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਿਵੇਂ ਕਿ ਇਹਨਾਂ ਕੈਦੀਆਂ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਕੋਲੋਂ ਮੋਬਾਈਲ ਫੜੇ ਗਏ ਨੇ ਤੇ ਹੁਣ ਇਸ ਵੀਡੀਓ ਨੂੰ ਬਣਾਉਣ ਲਈ ਇਹਨਾਂ ਕੋਲ ਇਹ ਮੋਬਾਈਲ ਕਿੱਥੋਂ ਆਇਆ ਬਹਰਹਾਲ ਇਸ ਪੂਰੇ ਮਾਮਲੇ ਪਿੱਛੇ ਸੱਚਾਈ ਕੀ ਹੈ ਇਹ ਜਾਂਚ ਦਾ ਵਿਸ਼ਾ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਸਾਡੇ ਬੱਚਿਆਂ ਦੇ ਗੁਣ ਹੋਰਾਂ ਨੂੰ ਤਾਂ ਨਜ਼ਰ ਆਉਂਦੇ ਆ ਪਰ ਸਾਨੂੰ ਨਹੀਂ ਜਦੋਂ ਤੱਕ ਅਸੀਂ ਮੰਨਦੇ ਹਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਆ ਗਿਆ ਹੈ ਪੱਲੇ ਪੱਲੇ 24 ਘੰਟੇ ਦਾ ਸੁਪਰ ਹਿੱਟ ਪੰਜਾਬੀ ਮਿਊਜ਼ਿਕ ਟੀਵੀ ਚੈਨਲ।